सत श्री अकाल जी, तुसी देख रहे हो फाइव रिवर न्यूज़। पंजाब अंदर चोन कमिशन वालों पंचायती चोणों का ऐलान हुंदिया ही पंजाब च वख वख पार्टियां दे नुमाइंदियां वालों अपनी चंगी उच्ची पहुँच बनाउण लई सरपंची अते पंची दी चोण लड़ रहे लोकां वालों वख वख तरीके नाल चोण प्रचार पूरे जोरां ते वेखण नूं मिल रहा है। इस समय साडे नाल रामगढ़ सरदारां तों सरपंची अते पंची दी चोण लड़ रहे भरा साडे नाल मौजूद हन, उन्हां नाल गल्लबात करांगे। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਨਵਦੀਪ ਸਿੰਘ ਬੱਬੂ ਕਹਿੰਦੇ ਨੇ ਜੀ। ਨਵਦੀਪ ਸਿੰਘ ਬੱਬੂ ਜੀ, ਹਾਂਜੀ। ਤੁਸੀਂ ਕੈਂਡੀਡੇਟ ਹੋ ਜੀ ਆਪਣੇ ਸਰਪੰਚ? ਮੇਰੇ ਵਾਈਫ ਕਹਿੰਦੇ ਨੇ। ਕੀ ਨਾਮ ਹੈ ਜੀ ਉਹਨਾਂ ਦਾ? ਉਹਨਾਂ ਜਸਦੀਪ ਕੌਰ। ਜਸਦੀਪ ਕੌਰ। ਅੱਛਾ ਵੀਰ ਜੀ, ਤੁਸੀਂ ਕੀ ਮੁੱਦੇ ਲੈ ਕੇ ਸਰਪੰਚੀ ਦੇ ਵਿੱਚ ਕੀ ਸੋਚ ਲੈ ਕੇ ਉਤਰੇ ਹੋ ਤੁਸੀਂ ਨੌਜਵਾਨ ਹੋ? ਸੋਚ ਤਾਂ ਜੀ ਅਸੀਂ ਇਹ ਲੈ ਕੇ ਉਤਰੇ ਹਾਂ ਵੀ ਜੋ ਕਾਫੀ ਟਾਈਮ ਤੋਂ ਪਿੱਛੇ ਤੋਂ ਲੋਕ ਚਾਹੁੰਦੇ ਸੀ ਗੱਲਾਂ ਬਾਤਾਂ ਕੋਈ ਹੋਈਆਂ ਨਹੀਂ, ਹਲੇ ਆਸਾਂ ਪੂਰੀਆਂ ਨਹੀਂ ਹੋਈਆਂ ਉਹਨਾਂ ਦੀਆਂ ਜੀ। ਜਿਹੜੇ ਵੀ ਕੰਮਾਂ ਲਈ ਲੋਕਾਂ ਨੇ ਕਿਹਾ ਪਿਛਲੀਆਂ ਪੰਚਾਇਤਾਂ ਨੂੰ, ਪਿਛਲੇ ਸਾਰੇ ਤੁਹਾਨੂੰ ਪਤਾ ਹੀ ਆ, ਤੁਸੀਂ ਵੀ ਇੱਥੇ ਦੇ ਹੋ ਵੀ ਪਾਣੀ ਦੀ ਨਿਕਾਸੀ ਹੈ ਨਹੀਂ ਕਿਤੇ ਵੀ ਜੀ। ਜਿੱਥੇ ਵੀ ਜਾ ਕੇ ਦੇਖ ਲਓ ਤੁਸੀਂ ਪਿੰਡ ਦੇ ਵਿੱਚ ਬਹੁਤ ਮੰਦਾ, ਉਸ ਲਈ ਗਰਾਊਂਡਾਂ ਦੇ ਵਿੱਚ ਮਤਲਬ ਇਟਸ ਆਪਣੇ ਪਿੰਡ ਦੇ ਕੋਲ ਬਹੁਤ ਵਧੀਆ ਵੱਡਾ ਗਰਾਊਂਡ ਆ ਜੀ, ਆਲੇ ਦੁਆਲੇ ਪਿੰਡਾਂ ਦੇ ਵਿੱਚ ਗਰਾਊਂਡ ਇੱਦਾਂ ਦਾ ਹੈ ਨਹੀਂ ਗਾ ਜੀ। ਉੱਥੇ ਚਾਹੀਦਾ ਤਾਂ ਇਹ ਸੀਗਾ ਵੀ ਉੱਥੇ ਹਰ ਫੈਸਿਲਿਟੀ ਹੋਵੇ ਜੀ, ਠੀਕ ਨਹੀਂ, ਅਤੇ ਬੱਚੇ ਉੱਥੇ ਖੇਡਣ ਮਲਣ ਉਹਨਾਂ ਦਾ ਮਨ ਲੱਗੇ ਤਾਂ ਉਹ ਨਸ਼ੇ ਤੋਂ ਪਰੇ ਹੋਣ ਜੀ, ਕਿਉਂਕਿ ਜਦੋਂ ਕੋਈ ਪਲੇਟਫਾਰਮ ਮਿਲਦਾ ਨਹੀਂ ਜਵਾਨੀ ਨੂੰ ਤਾਂ ਫਿਰ ਉਹ ਭੜਕਦੀ ਹੈ। ਅਸੀਂ ਭੁਗਤ ਭੋਗੀ ਹਾਂ ਇਹਨਾਂ ਚੀਜ਼ਾਂ ਦੀ, ਅਸੀਂ ਇਹ ਚੀਜ਼ਾਂ ਨੂੰ ਚਾਹੁੰਦੇ ਹਾਂ ਵੀ ਜਿਹੜੇ ਹੋਣ ਵਾਲੇ ਮੁੰਡੇ ਨੇ ਉਹ ਸਹੀ ਲੀਹ 'ਤੇ ਚੱਲਣ, ਨਸ਼ੇ ਪੱਤੇ ਤੋਂ ਦੂਰ ਉਹ ਤਾਂ ਹੋਣਗੇ ਜੇ ਉਹਨਾਂ ਲਈ ਖੇਡ ਕੋਈ ਪਲੇਟਫਾਰਮ ਹੋਊਗਾ, ਖੇਡ ਗਰਾਊਂਡ ਹੋਊਗਾ ਜੀ, ਠੀਕ ਹੈ ਨਾ ਜੀ। ਅਤੇ ਦੂਜੀ ਗੱਲ ਹੈਗੀ ਆਪਣੇ ਪੜ੍ਹਾਈ ਦੀ ਜੀ, ਸਿੱਖਿਆ ਦਾ ਜਿਹੜਾ ਸਿਸਟਮ ਆ ਤੁਹਾਨੂੰ ਪਤਾ ਹੀ ਆ, ਪ੍ਰਾਈਵੇਟ ਸਕੂਲਾਂ ਦੀ ਜਿਹੜੀ ਲੁੱਟ ਖਸੁੱਟ ਚੱਲ ਰਹੀ ਆ, ਉੱਥੇ ਪੜ੍ਹਾਈ ਦਾ ਜਿਹੜਾ ਲੈਵਲ ਆ ਉਹ ਵੀ ਆਪਾਂ ਨੂੰ ਪਤਾ ਕਿੱਦਾਂ ਦਾ ਜੀ, ਸਿਰਫ ਪੈਸੇ ਲੈ ਜਾਂਦੇ ਨੇ ਵਰਦੀਆਂ ਦੇ ਨਾਂ 'ਤੇ, ਕਿਤਾਬਾਂ ਦੇ ਜਾਂ ਉੱਦਾਂ ਹੋਰ ਸੋਸ਼ੇਬਾਜੀ ਵੀ, ਜਿੱਧਰ ਜਾਣਾ ਜੀ ਉੱਧਰ ਜਾਣਾ ਜੀ। ਜਿਹੜੇ ਸਾਡੇ ਪਿੰਡ ਦੋ ਸਕੂਲ ਬਣੇ ਹੋਏ ਨੇ ਬੜੇ ਵਧੀਆ ਗੌਰਮੈਂਟ ਦੇ ਉਪਰਾਲੇ ਹੋਏ ਨੇ, ਸਰਕਾਰੀ ਸਕੂਲ ਆ, ਪ੍ਰਾਇਮਰੀ ਸਕੂਲ ਆ ਜੀ, ਉਹਨਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਬਿਲਕੁਲ ਹੀ ਜੀ। ਸਾਡੀ ਪਹਿਲ ਇਹ ਹੋਊਗੀ ਵੀ ਇਹਨਾਂ ਸਕੂਲਾਂ ਨੇ ਆਪਾਂ ਇਹੋ ਜਿਹੇ ਲੈਵਲ 'ਤੇ ਲੈ ਆਈਏ ਵੀ ਸਾਡੇ ਲੋਕ ਲੁਟਾਈ ਨਾ ਖਾਣ, ਇੱਕ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ, ਇੱਕ ਦੂਜੇ ਦੀ ਦੇਖਿਆ ਦੇਖੀ ਸਿਰਫ ਇਹ ਨਾ ਹੋਣ ਵੀ ਹਾਂ ਜੀ ਸਾਡਾ ਬੱਚਾ ਬੱਸ ਚੜ੍ਹਦਾ ਜੀ ਅਸੀਂ ਖੁਸ਼ ਹਾਂ, ਉੱਥੋਂ ਸਿੱਖ ਕੇ ਕੀ ਆਉਂਦਾ ਇਹ ਵੀ ਦੇਖਣਾ ਆਪਾਂ ਜੀ। ਇੱਥੇ ਜਿਹੜੇ ਮਾਸਟਰ ਆਉਂਦੇ ਨੇ, ਟੀਚਰ ਆਉਂਦੇ ਨੇ, ਉਹ ਕੋਰਸ ਕਰਕੇ ਆਉਂਦੇ ਨੇ ਜੀ, ਉੱਥੇ ਜਿਹੜੇ ਟੀਚਰ ਲੱਗਦੇ ਨੇ ਵਿਚਾਰੇ ਤੁਹਾਡੇ ਤੇਰੇ ਮੇਰੇ ਅੱਗੇ ਫੜ ਕੇ ਭਾਵੇਂ 10-10 ਹਜ਼ਾਰ 'ਤੇ, ਉਹਨਾਂ ਤੋਂ ਆਪਾਂ ਕੀ ਆਸ ਕਰਦੇ ਹਾਂ ਵੀ ਆਪਣੇ ਬੱਚਿਆਂ ਨੂੰ ਕੀ ਸਿਖਾ ਦੇਣਗੇ, ਉਹ ਸਿਰਫ ਇੱਕ ਕਮਾਈ ਦਾ ਸਾਧਨ ਆ, ਉਹ ਦੁਕਾਨਾਂ ਨੇ ਜੀ। ਹੁਣ ਇਹ ਸਾਰੇ ਪਿੰਡਾਂ ਦੇ ਲੋਕਾਂ ਨੂੰ ਚਾਹੀਦਾ ਵੀ ਇਹ ਜਿਹੜਾ ਸਰਕਾਰੀ ਸਕੂਲ ਨੇ ਆਪਣੇ ਇਹਨਾਂ 'ਤੇ ਧਿਆਨ ਦਿੱਤਾ ਜਾਵੇ ਜੀ, ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਵੀ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਈਏ ਆਪਾਂ ਜੀ। ਪਰ ਉਹ ਵੀ ਅਸੀਂ ਮਿਲ ਕੇ ਆਏ ਹਾਂ ਟੀਚਰਾਂ ਨੂੰ, ਯਾਨੀ ਉਹ ਹੈਰਾਨ ਹੋਏ ਨੇ, ਕਹਿੰਦੇ ਜੀ ਪਹਿਲੀ ਵਾਰੀ ਤੁਸੀਂ ਅਸੀਂ ਦੇਖਿਆ ਵੀ ਸਾਡੇ ਕੋਲ ਕੋਈ ਆਇਆ ਨਹੀਂ, ਤਾਂ ਪੁੱਛਦੇ ਨਹੀਂ ਕੋਈ ਉਹਨਾਂ ਦੀ, ਜੇ ਆਪਾਂ ਹੈਲਪ ਕਰਾਂਗੇ ਵਿਚਾਰੇ ਉਹ ਤਾਂ ਖੁਦ ਬੈਠੇ ਨੇ ਜੀ, ਵੀ ਹਾਂ ਜੀ ਅਸੀਂ ਪੜ੍ਹਾਈ ਕਰਾਉਣ ਲਈ ਬੈਠੇ ਜੀ, ਅਤੇ ਚੰਗਾ ਕੰਮ ਕਰਨ ਲਈ ਹੋਈ ਸੋਚਿਆ ਵੀਰੇ ਜੀ। ਅੱਛਾ ਨਵਦੀਪ ਜੀ, ਦੇਖਿਆ ਜਾਵੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਪੰਚਾਇਤਾਂ ਬਣ ਜਾਂਦੀਆਂ ਨੇ, ਤੁਸੀਂ ਵੀ ਦੇਖਦੇ ਆਏ ਹੋ, ਅਸੀਂ ਵੀ ਦੇਖਦੇ ਆਏ ਹਾਂ, ਅਤੇ ਸਾਡੇ ਦੇਖਣ ਵਾਲੇ ਦਰਸ਼ਕ ਵੀ ਦੇਖਦੇ ਆਏ ਨੇ, ਵੋਟਾਂ ਪੈ ਜਾਂਦੀਆਂ ਨੇ, ਸਰਪੰਚ ਪੰਚ ਬਣ ਜਾਂਦੇ ਨੇ, ਕਿਤੇ ਨਾ ਕਿਤੇ ਵੋਟਾਂ ਪਾਉਣ ਵਾਲੇ ਉਹ ਦਬਲੇ ਕੁਚਲੇ ਲੋਕ ਰਹਿ ਜਾਂਦੇ ਨੇ ਜਿਨ੍ਹਾਂ ਦੀਆਂ ਕਿ ਸੱਤਾਂ 'ਚ ਆਉਂਦੀਆਂ ਨੇ, ਹੈ ਜੀ, ਉਹਨਾਂ ਨੂੰ ਬਾਅਦ ਦੇ ਵਿੱਚ ਕੋਈ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ, ਬਲਕਿ ਆਪਣੇ ਨੁਮਾਇੰਦਿਆਂ ਦੀ ਪੁੱਛਗਿੱਛ ਜ਼ਰੂਰ ਰਹਿ ਜਾਂਦੀ ਹੈ ਜੋ ਕਿ ਮੂਹਰੇ ਭੱਜ ਨੱਠ ਕਰਦੇ ਨੇ, ਉਹਨਾਂ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਸੋਚ ਹੈ ਤੁਹਾਡੀ? ਉਹਨਾਂ ਲੋਕਾਂ ਦੇ ਵਿੱਚ ਹੀ ਅਸੀਂ ਹੁਣ ਫਿਰ ਕੇ ਆਏ ਹਾਂ ਜੀ, ਤੁਸੀਂ ਵੀ ਦੇਖਿਆ ਜੀ ਉਹਨਾਂ ਦਾ ਵਿਸ਼ਵਾਸ ਉੱਠ ਚੁੱਕਿਆ ਜੀ, ਜਿਹੜਾ ਵੀ ਬੰਦਾ ਜਾਂਦਾ ਉਹਨਾਂ ਨੂੰ ਲੱਗਦਾ ਐਂ ਲੱਗਦਾ ਵੀ ਬਸ ਇਹ ਵੀ ਯਾਰ ਪਹਿਲਾਂ ਵਾਂਗੂ ਵੋਟਾਂ ਹੀ ਸਾਡੇ ਜੀ ਇੱਕ ਵਪਾਰੀ ਨੇ ਆ ਕੇ ਲੈ ਜਾਣਗੇ ਜੀ, ਕਿਸੇ ਨੇ ਕਿਸੇ ਦੀ ਸਾਰ ਨਹੀਂ ਲਈ, ਹਰ ਬੰਦਾ ਆਉਂਦਾ ਉਹਨਾਂ ਨਾਲ ਵਾਅਦੇ ਕਰਕੇ ਲੰਘ ਜਾਂਦਾ, ਪਰ ਇੱਕ ਤੀ ਜਿਹੜਾ ਯੂਥ ਉੱਠ ਕੇ ਤੁਰਿਆ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਰਿਆ, ਜਿੰਨੇ ਆਪਣੇ ਨਾਲ ਨੇ ਮੁੰਡੇ ਤੋਂ ਉੱਠ ਕੇ ਤੁਰੇ ਨੇ, ਸਿਆਣੇ ਬੰਦੇ ਉੱਠ ਕੇ ਤੁਰੇ ਨੇ, ਉਹ ਸਿਰਫ ਇਹੀ ਦੇਖਦੇ ਨੇ ਵੀ ਆਪਾਂ ਇਹ ਕੰਮ ਕਰਨੇ ਨੇ, ਜਿਹੜੇ ਇਹਨਾਂ ਨੇ ਬਸ ਲਾਰੇ ਲਾ ਲੱਪੇ ਲਾ ਕੇ ਲੋਕਾਂ ਨੇ ਪਹਿਲਾਂ ਨੇ ਛੱਡੀ ਰੱਖੇ ਆ, ਕਿਸੇ ਅਸੀਂ ਇੱਕ ਤਾਂ ਨਹੀਂ ਕਹਿੰਦੇ ਜੀ, ਪਿੱਛੇ ਤੋਂ ਜੋ ਵੀ ਚੱਲਦਾ ਹੁੰਦਾ ਅਤੇ ਉਹਨਾਂ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਡੈਮੋਕ੍ਰੇਸੀ 'ਤੇ, ਅਸੀਂ ਉਹ ਚਾਹੁੰਦੇ ਹਾਂ ਵੀ ਉਹ ਉਹੋ ਜਿਹੇ ਕੰਮ ਕਰੀਏ, ਘਰ ਡਿੱਗਣ ਵਾਲੇ ਹੋਏ ਨੇ ਜੀ,
ਅਸੀਂ ਕਈ ਘਰਾਂ 'ਚ ਦੇਖਿਆ ਜਿਹਨਾਂ ਦਾ ਵਿਚਾਰਿਆਂ ਦਾ ਬੁਰਾ ਹਾਲ ਆ, ਸਿੱਧੀਆਂ ਛੱਤਾਂ ਅਤੇ ਪੱਖਪਾਤ ਹੋ ਰਿਹਾ ਜੀ। ਸਰਕਾਰੀ ਗਰਾਂਟਾਂ ਆ ਜਾਂਦੀਆਂ ਨੇ, ਜਿਹੜਾ ਬਣਦਾ ਉਹਦੇ ਲਾਚਾਰ ਲਿਹਾਜ਼ੀ ਜਿਹੜੇ ਨੇੜੇ ਨੇ ਉਹਨਾਂ ਦੇ ਕੰਮ ਹੋ ਜਾਂਦੇ ਨੇ, ਬਾਕੀ ਵਿਚਾਰੇ ਵੋਟਾਂ ਪਾ ਕੇ ਦੇਖਦੇ ਰਹਿਣ। ਮੇਰਾ ਅਗਲਾ ਸਵਾਲ ਹੋਰ ਹੈ ਨਵਦੀਪ ਜੀ, ਜਿੱਦਾਂ ਕਿ ਸਮੇਂ ਸਮੇਂ 'ਤੇ ਸਰਕਾਰਾਂ ਵੱਲੋਂ ਮਹਿਲਾਵਾਂ ਵਾਸਤੇ ਕੁਛ ਨਾ ਕੁਛ ਉਹਨਾਂ ਨੂੰ ਅੱਗੇ ਵਧਣ ਲਈ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਕੁਛ ਨਾ ਕੁਛ ਫੰਡ ਵਗੈਰਾ ਜਾਂ ਕੋਈ ਲੋਨ ਵਗੈਰਾ ਦਿੱਤੇ ਜਾਂਦੇ ਨੇ ਸਰਕਾਰ ਵੱਲੋਂ ਉਹਨਾਂ ਨੂੰ ਅੱਗੇ ਵਧਣ ਲਈ, ਕੋਈ ਕਾਰੋਬਾਰ ਤੋਂ ਲਈ, ਕੀ ਤੁਸੀਂ ਮਹਿਲਾਵਾਂ ਵਾਲੇ ਕੀ ਸੋਚਦੇ ਹੋ? ਸਾਡੇ ਜੀ ਇੱਥੇ ਮੁੰਡੇ ਸਾਡੇ ਨਾਲ ਹੈਗੇ ਆ ਜਿਨ੍ਹਾਂ ਨੇ, ਜਿਨ੍ਹਾਂ ਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਪੂਰੀ ਆ, ਅਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਾਂ ਆਹ ਕੰਮ ਕਰ ਸਕਦੇ ਇਹਨਾਂ ਲਈ। ਜਿਵੇਂ ਨਾ ਕਈ ਸਟੇਟਾਂ 'ਚ ਚੱਲ ਰਿਹਾ, ਲੇਡੀਜ਼ ਦਾ ਇੱਕ ਗਰੁੱਪ ਬਣਾਏ ਜਾਂਦੇ ਨੇ, ਗੌਰਮੈਂਟ ਉਹਨਾਂ ਦੇ ਅਕਾਊਂਟ ਖੋਲ੍ਹਦੀ, ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ, ਉਹਨਾਂ ਦੇ ਵਿੱਚ ਕੰਮ ਦਿੱਤੇ ਜਾਂਦੇ ਨੇ, ਜਿਵੇਂ ਕਈ ਤਰ੍ਹਾਂ ਦੇ ਕੰਮ ਨੇ, ਪੈਕਿੰਗ ਦੇ, ਹੋਰ ਤਰ੍ਹਾਂ ਦੇ, ਵੀ ਉਹਨਾਂ ਨੂੰ ਰੁਜ਼ਗਾਰ ਮਿਲਦਾ ਅਤੇ ਨਾਲੇ ਉਸ ਕੰਮ ਦੇ ਵਿੱਚ ਸਬਸਿਡੀ ਮਿਲਦੀ ਹੈ। ਅਸੀਂ ਇਹ ਸੋਚਦੇ ਹਾਂ ਵੀ ਇਕੱਲਾ ਇਹੀ ਨਹੀਂ ਵੀ ਗਲੀਆਂ ਨਾਲੀਆਂ ਦੇ ਵਿੱਚ ਫਿਰੀ ਜਾਈਏ, ਵੀ ਆਪਾਂ ਇਹਨਾਂ ਨੂੰ ਉਹੋ ਜਿਹੇ ਤਰੀਕੇ ਨਾਲ ਕੋਈ ਕੰਮ ਦਵਾਈਏ ਜਿਹੜੇ ਇਹਨਾਂ ਇਕੱਠੇ ਹੋ ਕੇ ਆਪਦਾ ਘਰ ਤੋਰ ਸਕਣ, ਵੀ ਸਰਕਾਰਾਂ ਵੱਲ ਨਾ ਝੱਕਣ ਅਤੇ ਆਪਦੇ ਕੰਮ ਧੰਦੇ ਕਰਨ ਵਿਚਾਰੀਆਂ ਆਪਦੇ, ਕਿਉਂਕਿ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਘਰਾਂ ਦੇ ਵਿੱਚ, ਲੋਕ ਨਸ਼ੇ ਪੱਤੇ ਵੀ ਚੱਲਦੇ ਨੇ, ਜਵਾਕ ਨਸ਼ਾ ਪੱਤਾ ਕਰਕੇ ਆ ਜਾਂਦੇ ਨੇ, ਬੰਦੇ ਸ਼ਰਾਬ ਪੀ ਕੇ ਆ ਜਾਂਦੇ ਨੇ, ਇਹ ਵਿਚਾਰੀਆਂ ਕੁੱਟਮਾਰ ਚੱਲਦੀਆਂ ਰਹਿ ਜਾਂਦੀਆਂ ਨੇ, ਇਹਦੇ ਪੱਲੇ ਪੈਸਾ ਧੇਲਾ ਪੈਂਦਾ ਨਹੀਂ। ਅਸੀਂ ਇਹਨਾਂ ਲਈ ਕਰਾਂਗੇ ਜੀ ਸਭ ਕੁਛ। ਧੰਨਵਾਦ। ਠੀਕ, ਹਾਂਜੀ, ਸਾਡੇ ਨਾਲ ਮੈਂਬਰੀ ਦੇ ਚੋਣ ਦੇ ਲਈ, ਮੈਂਬਰ ਚੋਣ ਦੇ ਲਈ ਪੰਚਾਇਤ ਮੈਂਬਰ ਦੇ ਇਹਨਾਂ ਵੱਲੋਂ ਵੀ ਫਾਰਮ ਭਰੇ ਗਏ ਨੇ, ਜੋ ਕਿ ਇਹਨਾਂ ਦੇ ਨਾਲ ਸਹਿਮਤ ਹਨ, ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਸੂਬੇਦਾਰ ਧਰਮਪਾਲ ਸਿੰਘ ਜੀ। ਸੂਬੇਦਾਰ ਜੀ, ਹਾਂਜੀ ਸੂਬੇਦਾਰ ਜੀ, ਤੁਸੀਂ ਕੀ ਸੋਚ ਲੈ ਕੇ ਮੈਦਾਨ ਦੇ ਵਿੱਚ ਉਤਰੇ ਚੋਣ ਪ੍ਰਚਾਰ ਨੂੰ? ਮੇਰੇ ਵਾਈਫ ਖੜੇ ਆ ਪੰਚੀ ਦੇ ਕੈਂਡੀਡੇਟ 'ਚ ਜੀ, ਅਸੀਂ ਇਹ ਸੋਚ ਲਿਆ ਕਿ ਉਤਰੇ ਹਾਂ ਜੀ ਕੋਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜੀ, ਮਤਲਬ ਜੋ ਸਾਡੇ ਬਾਈ ਸਰਪੰਚ ਦੇ ਕੈਂਡੀਡੇਟ ਨੇ ਉਹਨਾਂ ਦੀ ਸੋਚ ਨੂੰ ਦੇਖਦੇ ਹੋਏ ਜੀ, ਬਈ ਸਭ ਤੋਂ ਪਹਿਲਾਂ ਆਪਾਂ ਬੱਚਿਆਂ ਦੇ ਖੇਡ ਮਨਾਰ ਨੂੰ ਉੱਚਾ ਚੱਕੀਏ ਜੀ, ਉਦੋਂ ਬਾਅਦ ਐਜੂਕੇਸ਼ਨ ਦੇ ਮਨਾਰ ਨੂੰ ਉੱਚਾ ਚੱਕੀਏ ਜੀ, ਜੋ ਪਹਿਲਾਂ ਵਾਲੀ ਪੰਚਾਇਤ ਤੋਂ ਰੋਕੇ ਜਾਂ ਅਧੂਰੇ ਕੰਮ ਨੇ ਉਹਨਾਂ ਨੂੰ ਮਤਲਬ ਜਿੱਦਾਂ ਜਿੱਦਾਂ ਜੋ ਪਿਓਰਟੀ ਵਾਲਾ ਕੰਮ ਪਹਿਲਾਂ ਹੋਊਗਾ ਤਾਂ ਉਹਨੂੰ ਵੀ ਜਾਰੀ ਰੱਖਿਆ ਜਾਊਗਾ ਜੀ, ਅਤੇ ਸਾਰੇ ਕੰਮ ਮਤਲਬ ਤਰਤੀਬ ਬੈਜ ਜੀ, ਜੋ ਕੰਮ ਪਹਿਲੇ ਪਿਓਰਟੀ ਵਾਲਾ ਹੋਊਗਾ ਪਿਓਰਟੀ ਵਾਲੇ ਨੂੰ ਪੂਰਾ ਕਰਿਆ ਜਾਊਗਾ, ਜੋ ਰੁਕਣ ਵਾਲਾ ਹੋਊਗਾ ਉਹਨੂੰ ਦੂਜੇ ਨੰਬਰ 'ਤੇ ਕਰਿਆ ਜਾਊਗਾ। ਸਭ ਤੋਂ ਪਹਿਲਾਂ ਸਾਡਾ ਮੁੱਦਾ ਬੱਚਿਆਂ ਨੂੰ ਖੇਡ ਮਨਾਰ ਨਾਲ ਜੋੜਨਾ, ਮਤਲਬ ਵਧਾਉਣਾ ਜੀ, ਖੇਡ ਵੱਲ ਲੈ ਕੇ ਜਾਣਾ ਜੀ। ਜੇ ਅਸੀਂ ਬੱਚਿਆਂ ਨੂੰ ਖੇਡ ਵੱਲ ਮੈਦਾਨ ਅੱਛੇ ਬਣਾ ਕੇ, ਗਰਾਊਂਡ ਅੱਛੇ ਬਣਾ ਕੇ, ਮਤਲਬ ਖੇਡ ਵੱਲ ਲੈ ਕੇ ਜਾਵਾਂਗੇ ਤਾਂ ਹੀ ਸਾਡੀ ਜੋ ਪੀੜ੍ਹੀ ਆ ਬੱਚਾ ਹੋਣਹਾਰ, ਮਤਲਬ ਉੱਠਣਾ 10 ਸਾਲਾਂ ਦਾ ਹੋ ਗਿਆ ਬੱਚਾ ਉਹਨੇ ਉੱਠਣਾ, ਤਾਂ ਉੱਧਰ ਉਹਦੀ ਸੋਚ ਜਾਵੇ, ਸੋਝੀ ਜਾਵੇ, ਤਾਂ ਹੀ ਨਸ਼ਿਆਂ ਤੋਂ ਦੂਰ ਰਹਿ ਸਕਦੇ ਆ ਬੱਚੇ। ਅੱਛਾ, ਦੇਖਿਆ ਜਾਵੇ ਫੌਜੀ ਸਾਹਿਬ, ਸੂਬੇਦਾਰ ਜੀ, ਜ਼ਿਆਦਾਤਰ ਪਿੰਡਾਂ ਦੇ ਵਿੱਚ ਸਰਪੰਚੀ ਲਈ ਚੁਣਿਆ ਜਾਂਦਾ ਹੈਗਾ ਪੁਰਾਣੇ ਬਜ਼ੁਰਗਾਂ ਨੂੰ, ਮੰਨ ਲਈਏ ਜ਼ਿਆਦਾ ਉਮਰ ਦਿਆਂ ਨੂੰ, ਅਜਿਹਾ ਕੀ ਕਾਰਨ ਹੈ ਕਿ ਤੁਸੀਂ ਨੌਜਵਾਨ ਕੈਂਡੀਡੇਟ ਆਪਣੇ ਪੰਚ ਮੈਂਬਰ ਵੀ ਚੁਣੇ ਨੇ ਅਤੇ ਸਰਪੰਚ ਲਈ ਵੀ ਨੌਜਵਾਨ ਹੀ ਚੁਣਿਆ, ਇਹ ਕੀ ਕਾਰਨ ਹੈ ਜੀ ਇਹਦਾ? ਇਹਦੇ ਵਿੱਚ ਇੱਦਾਂ ਜੀ, ਅਸੀਂ ਬਜ਼ੁਰਗਾਂ ਦਾ ਨਹੀਂ ਕਹਿੰਦੇ ਹੈਗੇ, ਬਜ਼ੁਰਗ ਵੀ ਬਹੁਤ ਵਧੀਆ ਸੋਚ ਨਾਲ ਚਲਾਉਂਦੇ ਆਏ ਆ ਜੀ, ਔਰ ਚੱਲਦੇ ਰਹਿਣਗੇ ਜੀ। ਸਾਡਾ ਮਨਾਰ ਇਹ ਹੈ ਵੀ ਕਿਸੇ ਨਾ ਕਿਸੇ ਆਗੂ ਨੂੰ ਤਾਂ ਬੱਚਿਆਂ ਦੇ ਵਾਸਤੇ, ਬੱਚਿਆਂ ਦੇ ਖੇਡ ਮਨਾਰ ਨੂੰ ਉੱਚਾ ਚੱਕਣ ਵਾਸਤੇ, ਐਜੂਕੇਸ਼ਨ ਦਾ ਮਨਾਰ ਉੱਚਾ ਚੱਕਣ ਵਾਸਤੇ ਕਿਸੇ ਨਾ ਕਿਸੇ ਨੂੰ ਤਾਂ ਸਾਹਮਣੇ ਆਉਣਾ ਪਊਗਾ ਜੀ। ਇਸੇ ਲਈ ਅਸੀਂ ਬਾਈ ਦੀ ਸਰਪੰਚੀ ਦੇ ਕੈਂਡੀਡੇਟ ਦੀ ਸੋਚ ਨੂੰ ਦੇਖਦੇ ਹੋਏ ਜੀ, ਅਸੀਂ ਇਹ ਪਿੰਡ ਵਾਸੀਆਂ ਨੂੰ ਵੀ ਇਹੀ ਅਪੀਲ ਕਰਾਂਗੇ, ਜੇ ਬਾਈ ਦੀ ਸੋਚ ਦੇ ਨਾਲ ਪਿੰਡ ਵਾਸੀ ਵੀ ਸੋਚ ਦੇ ਹਿਸਾਬ ਨਾਲ ਆਪਣੇ ਬੱਚਿਆਂ ਨੂੰ ਉੱਪਰ ਉੱਠਣ ਲਈ, ਆਪਣੇ ਬੱਚਿਆਂ ਦਾ ਭਵਿੱਖ ਉੱਚਾ ਦੇਖਣ ਲਈ ਪਿੰਡ ਵਾਸੀ ਵੀ ਸਾਡੇ ਨਾਲ ਸਾਥ ਦੇਣ ਜੀ। ਹਾਂਜੀ, ਅੱਛਾ ਜੀ, ਅੰਤ ਦੇ ਵਿੱਚ ਤੁਸੀਂ ਪਿੰਡ ਨਗਰ ਨਿਵਾਸੀਆਂ ਨੂੰ ਆਪਣੇ ਕੀ ਅਪੀਲ ਕਰਨਾ ਚਾਹੋਗੇ? ਮੈਂ ਤਾਂ ਜੀ ਇਹੀ ਅਪੀਲ ਕਰਨਾ ਚਾਹੂੰਗਾ ਵੀ ਇੱਕ ਤਾਂ ਕਿਸੇ ਪਾਰਟੀ ਵਾਈਜ਼ ਦੇ ਚੱਕਰ 'ਚ ਨਾ ਪਾਓ ਜੀ, ਜਿਹੜਾ ਵੀ ਕੈਂਡੀਡੇਟ ਤੁਹਾਨੂੰ ਲੱਗਦਾ ਸਹੀ ਲੱਗਦਾ ਜੀ, ਵੀ ਉਹ ਸਾਡੇ ਲਈ ਕੰਮ ਕਰੂਗਾ, ਉਹਦਾ ਸਾਥ ਦਿਓ ਜੀ। ਅਤੇ ਦੂਜੀ ਗੱਲ, ਕੁਛ ਉਹਨਾਂ ਲੋਕਾਂ ਦੀਆਂ ਚਾਲਾਂ ਜਨਾਓ ਜਿਹੜਾ ਤੁਹਾਨੂੰ ਵੰਡਣਾ ਚਾਹੁੰਦੇ ਨੇ ਜੀ, ਕਿਉਂਕਿ ਸਾਡੇ ਯੂਥ ਦੀ ਮੈਂ ਗੱਲ ਕਰਦਾ ਹੁੰਦਾ, ਜਿਹੜਾ ਆਪਣੇ ਜ਼ਿਮੀਂਦਾਰਾਂ ਦਾ ਇਹ ਮੁੰਡੇ ਨੇ ਬਹੁਤ, ਉਹ ਤਾਂ ਜ਼ਿਆਦਾ ਬਾਹਰ ਚਲੇ ਗਏ ਨੇ ਕਿ ਜਿੱਧਰ ਨੂੰ ਭੱਜਦੇ ਨੇ ਜੀ, ਬਾਕੀ ਤਾਂ ਰਹਿੰਦਾ ਯੂਥ ਆ ਜਿਹੜਾ ਐਸੀ ਭਰਾਵਾਂ ਦਾ, ਦੂਜਾ ਉਹਨਾਂ ਨੂੰ ਪਾੜਿਆ ਪਿਆ ਸਾਰੇ ਪਾਸੇ, ਮਤਲਬ ਗਰੁੱਪ ਬਣਾਏ ਹੋਏ ਨੇ ਜੀ, ਚਾਹੇ ਕਿਸੇ ਧਾਰਮਿਕ ਸਥਾਨ ਦੇ ਨਾਂ 'ਤੇ ਜੀ, ਚਾਹੇ ਕਿਸੇ
हर जगह के लोगों को वंडिया होया भी वंडे ना जाओ किसी की चाल च ना कट्ठे होवो यही यूथ पिंड का संभाल सकता सारा कुछ जिन्नियां क्रांतियां आईया ने हुण तक तुसीं देखा ही है यूथ नहीं कीतियां ना जिहड़ी तुसीं पहलां गल करदे सी पुराने और नवें वाली वह कुदरती गल आ जदों खून ठंडा हो जाता ना जी तो थोड़ा जिहा गल का फर्क पै जाता जे कोई काम संवारना तो गर्म खून ही कर सकता जरूरी नहीं भी है गर्म खून कमले ही कुटूगा लड़ाई ही करेगा हम गांधी हुणा दा नाम चल गए भी आजादी उन्होंने लिती है करन वाले दा फांसियां चढ़ गए ठीक है ना गल तो गल यह है भी लोगों का मैं तो यही कहूँगा भी बड़े चक्करां च ना पाओ वो बंदियां नूं चुनो जिहड़े काम तुहानूं लगता भी कर लैणगे तो दूजी गल वंडे ना जायो कट्ठे रहो आपस में इन्हां दीआं चालां तों सचेत रहो इकट्ठे ही ने सारे इन्हों सिर्फ आपकी सियासत तो बिना होर कुछ नहीं दिता है इसलिए बंडे ना जायो आपका रल के रहो सो ये सन सरपंची अते पंची की चोण लड़ रहे उम्मीदवार जिन्हों वालों लोगों नू ये अपील की गई है कि आपसी भाईचारक सांझ नू कायम रखद पिंड दे विच किसी किस्म का लड़ाई झगड़ा नहीं करना चाहिए वोट भावें कित भी पाओ पर आपसी भाईचारक सांझ नू कायम रखना बहुत जरूरी है सो तुसी देख रहे सी फाइबरेबल न्यूज़ रामगढ़ सरदारा तो हरजिंदर सिंह की विशेष रिपोर्ट।